ਹੁਣ ਆਪਾਂ ਦੇਖਦੇ ਹਾਂ ਤੁੜਕਾ। ਤੇਲ ਛੱਡ ਦਿੱਤਾ ਤੁੜਕੇ ਨੇ। ਹੁਣ ਆਪਾਂ ਪਾਵਾਂਗੇ ਸੋਲਟ ਆਪਣੇ ਟੇਸਟ ਅਨੁਸਾਰ। ਦੇਗੀ ਮਿਰਚ 5 ਸਪੂਨ, ਹਲਦੀ 1 ਸਪੂਨ, ਗਰਮ ਮਸਾਲਾ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ। ਹੁਣ ਆਪਾਂ ਮਾੜਾ ਜਿਹਾ ਇਹਦੇ 'ਚ ਪਾਣੀ ਪਾਵਾਂਗੇ ਕਿਉਂਕਿ ਥੱਲੇ ਲੱਗ ਰਿਹਾ ਤੁੜਕਾ। ਸਾਡਾ ਤੁੜਕਾ ਜਿਹੜਾ ਥੱਲੇ ਨਹੀਂ ਲੱਗੂਗਾ। ਹੁਣ ਆਪਾਂ ਪਾਵਾਂਗੇ ਥੋੜ੍ਹੀ ਜਿਹੀ ਇਹਦੇ 'ਚ ਰੈੱਡ ਮੋਟੀ ਮਿਰਚ। ਹੁਣ ਆਪਾਂ ਇਹਦੇ 'ਚ ਪਾਵਾਂਗੇ ਗ੍ਰੀਨ ਪੀਸ ਮਟਰ, ਜੋ ਕਿ ਮੈਂ ਫ੍ਰੀਜ਼ਰ 'ਚੋਂ ਕੱਢ ਕੇ ਗਰਮ ਪਾਣੀ ਨਾਲ ਧੋ ਲਿਆ ਇਹਨਾਂ ਨੂੰ। ਥੋੜ੍ਹੀ ਕੁ ਦੇਰ ਹੋਣ ਦਿੰਦੇ ਹਾਂ, ਫਿਰ ਆਪਾਂ ਕੀਮਾ ਪਾ ਦੇਵਾਂਗੇ ਵਿੱਚ। ਹੁਣ ਆਪਾਂ ਪਾਵਾਂਗੇ ਵਿੱਚ ਕੀਮਾ, ਜੋ ਸਾਡਾ 1 ਕਿਲੋ ਕੀਮਾ ਆ। ਹੁਣ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਘੱਟ ਗੈਸ 'ਤੇ, ਅਤੇ ਹੌਲੀ ਹੌਲੀ ਬਣੀ ਜਾਊਗਾ। ਇਹਦੇ 'ਚ ਪਾਣੀ ਪਾਉਣ ਦੀ ਲੋੜ ਨਹੀਂ, ਆਲਰੇਡੀ ਇਹਦੇ 'ਚ ਪਾਣੀ ਬਹੁਤ ਆਉਣਾ ਆ। ਆਪਾਂ ਇਹਨੂੰ ਘੱਟ ਗੈਸ ਕਰ ਦਿੰਦੇ ਹਾਂ। ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹਨੂੰ ਹਿਲਾਈ ਵੀ ਜਾਓ, ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ ਥੱਲੇ ਨਾ ਲੱਗ ਜਾਵੇ। ਹੁਣ ਆਪਾਂ ਇਹਨੂੰ ਕਵਰ ਕਰ ਦਿੰਦੇ ਹਾਂ ਮੁੜ ਕੇ ਫਿਰ। ਆਪਾਂ ਇਹਨੂੰ ਫਿਰ ਢੱਕ ਦਿੰਦੇ ਹਾਂ। ਹੁਣ ਸਾਡਾ ਕੀਮਾ ਬਸ ਰੈਡੀ ਆ। ਹੁਣ ਜਿਹੜਾ ਥੋੜ੍ਹਾ ਜਿਹਾ ਵਿੱਚ ਪਾਣੀ ਆ, ਬਸ ਉਹ ਹੀ ਸੁਕਾਉਣਾ ਆ, ਉਹ ਤੋਂ ਬਾਅਦ ਫਿਨਿਸ਼। ਕਿਉਂਕਿ ਜਿਹੜੇ ਵਿੱਚ ਮਾੜੀ ਮੋਟੀ ਵੀ ਡਲੀ ਜਿਹੀ ਹੋਵੇ ਉਹਨੂੰ
ਤੁਸੀਂ ਵੱਖਰਾ ਕਰ ਦਿਓ ਫਿਰ ਚੰਗੀ ਤਰ੍ਹਾਂ ਨਾਲ ਕੁੱਕ ਹੁੰਦਾ ਦੇਖੋ ਜਿੱਦਾਂ ਹੈਗੇ ਆ ਜੇ ਬੜੇ ਬੜੇ ਡਲੇ ਵਿੱਚੇ ਬੱਜੇ ਰਹਿ ਗਏ ਫਿਰ ਉਹ ਵਿੱਚੋਂ ਕੱਚੇ ਰਹਿ ਜਾਂਦੇ ਆ ਉੱਪਰੋਂ ਉੱਪਰੋਂ ਉਹਨਾਂ ਨੇ ਕੁੱਕ ਹੋ ਜਾਣਾ ਅਤੇ ਵਿੱਚੋਂ ਕੱਚੇ ਰਹਿ ਜਾਣੇ ਵਿੱਚ ਹਰੇ ਪੀਸ ਪਾਇਓ ਕਿੰਨੇ ਸੋਹਣੇ ਲੱਗ ਰਹੇ ਆ ਹੁਣ ਆਪਾਂ ਪਾ ਰਹੇ ਧਨੀਆ ਦੇਖ ਲਓ ਹੁਣ ਵਿੱਚ ਭੋਰਾ ਵੀ ਪਾਣੀ ਨਹੀਂ ਹੈਗਾ ਬਸ ਓਕੇ ਫਰੈਂਡ ਮੇਰੀ ਰੈਸਪੀ ਦੀ ਤਰ੍ਹਾਂ ਤੁਸੀਂ ਵੀ ਕੀਮਾ ਬਣਾਉਣਾ ਖਾਣਾ ਅਤੇ ਫਿਰ ਕਮੈਂਟ ਕਰ ਬਤਾਉਣਾ ਕੈਸਾ ਲੱਗਾ ਆਪਕੋ ਓਕੇ ਬਾਏ ਸਤਿ ਸ਼੍ਰੀ ਅਕਾਲ